ਆਪਾਂ ਅਕਾਲ ਤਖਤ ਦੀ ਸਰਵਉੱਚਤਾ ਦੀ ਗੱਲ ਕਰੀਏ। ਜਥੇਦਾਰ ਇਕਬਾਲ ਸਿੰਘ ਆਏ ਦਿਨ ਕੋਈ ਨਾ ਕੋਈ ਚੈਲੰਜ ਖੜਾ ਕਰ ਛੱਡਦਾ ਏ ਤੇ ਅਕਾਲ ਤਖਤ ਦੀ ਸਰਵਉੱਚਤਾ ਨੂੰ ਉਹ ਹਮੇਸ਼ਾ ਇੱਕ ਚੈਲੰਜ ਦੇ ਉੱਤੇ ਖੜਾ ਕਰਦਾ ਏ। ਕਦੀ ਉਹਨੇ ਹੁਕਮਨਾਮਾ ਕਰ ਦਿੱਤਾ ਵੀ ਇਹ ਜਿਹੜੀ ਰਾਗਮਾਲਾ ਏ, ਇਹ ਜਿਹੜੀ ਗੁਰੂ ਦੀ ਬਾਣੀ, ਇਹ ਤੋਂ ਬਿਨਾਂ ਗੁਰੂ ਦੀ ਬਾਣੀ ਹੋ ਹੀ ਨਹੀਂ ਸਕਦੀ। ਕਦੀ ਉਹਦਾ ਆਪਣੇ ਆਪ ਦੇ ਵਿੱਚ ਚੈਲੰਜ ਕਿ ਉਹ ਕਰੈਕਟਰਲੈਸ ਹੈ, ਉਹ ਇਹ ਦੱਸ ਇਸ ਕਰਕੇ ਕਹਿ ਰਿਹਾ ਹੈ ਕਿਉਂਕਿ ਯੂਟਿਊਬ ਦੇ ਉੱਤੇ ਪਿੱਛੇ ਜੇ ਆਪਣੇ ਖਾਲਸਾ ਨਿਊਜ਼ ਵਾਲੇ ਵੀਰਾਂ ਨੇ ਵੀ ਵੀਡੀਓ ਪਾਈ ਸੀ ਹਲਫੀਆ ਬਿਆਨ ਉਹਦੀ ਧਰਮ ਪਤਨੀ ਦਾ। ਇਹ ਵੀ ਬੀਂਗ ਜਥੇਦਾਰ ਇੱਕ ਬੜਾ ਵੱਡਾ ਚੈਲੰਜ ਹੈ ਅਕਾਲ ਤਖਤ ਦੀ ਸਰਵਉੱਚਤਾ ਨੂੰ। ਉਹਦੇ ਵਾਸਤੇ ਅੱਜ ਤੱਕਰ ਸਾਡੇ ਮੌਜੂਦਾ ਜਿਹੜੇ ਜਥੇਦਾਰ ਗੁਰਬਚਨ ਸਿੰਘ ਹੈ, ਉਹਨਾਂ ਨੇ ਅੱਜ ਤੱਕਰ ਕੋਈ ਇਹਦੇ ਵਾਸਤੇ ਕੋਈ ਫੈਸਲਾ ਨਹੀਂ ਲਿਆ, ਕੋਈ ਕਾਰਵਾਈ ਨਹੀਂ ਕੀਤੀ। ਇਹਦੇ ਬਾਰੇ ਆਪ ਜੀ ਦਾ ਕੀ ਖਿਆਲ ਹੈ? ਦੇਖੀਏ, ਬੇਨਤੀ ਹੈ ਵੀ ਅਸਲ ਵਿੱਚ ਜੇ ਕਦੀ ਤੁਸੀਂ ਗਹਿਰਾਈ ਨਾਲ ਪਛਾਣੋ, ਥੋੜ੍ਹੀ ਜਿਹੀ ਚੌਕਸੀ ਦੀ ਜ਼ਰੂਰਤ ਹੈ। ਹਾਂਜੀ, ਕਈ ਮਸਲੇ ਛੁਪੇ ਹੁੰਦੇ ਨੇ ਜਿਨ੍ਹਾਂ ਨੂੰ ਢੂੰਡਣਾ ਪੈਂਦਾ, ਕਿਉਂਕਿ ਇਸ ਵੇਲੇ ਦੇ ਹਾਲਾਤ ਇਹ ਨੇ। ਮੈਂ ਤੁਹਾਨੂੰ ਇਸੇ ਲਈ ਪਿਛਲੀ ਗੱਲ ਨਾਲ ਥੋੜ੍ਹਾ ਜਿਹਾ ਜੋੜਨਾ ਚਾਹੁੰਦਾ, ਜਿਵੇਂ ਮੈਂ ਅਰਜ਼ ਕੀਤੀ ਸੀ ਵੀ ਕਦੀ ਉਹ ਵਕਤ ਸੀ ਵੀ ਕਿ ਉਹਨਾਂ ਦੋ ਤਖਤਾਂ ਦੇ ਜਥੇਦਾਰ ਪੰਜਾਬ ਆਉਣ ਲਈ ਤਿਆਰ ਨਹੀਂ ਸਨ, ਸਰਬੱਤ ਖਾਲਸਾ ਵਿੱਚ ਵੀ ਆਉਣ ਲਈ ਤਿਆਰ ਨਹੀਂ ਸਨ। ਅੱਜ ਉਹਨਾਂ ਦੋਵਾਂ ਤਖਤਾਂ ਦੇ ਜਥੇਦਾਰ ਹਰ ਹਫ਼ਤੇ ਵਿੱਚ ਦੋ ਦੋ ਚੱਕਰ ਵੀ ਲਾਉਂਦੇ ਨੇ, ਬਿਲਕੁਲ ਹਰ ਮੀਟਿੰਗ ਵਿੱਚ ਹਾਜ਼ਰ ਹੁੰਦੇ ਨੇ। ਹੁਣ ਉਹਨਾਂ ਨੂੰ ਉਹ ਕੋਈ ਖਤਰਾ ਕਿਉਂ ਨਹੀਂ ਜਿਹੜਾ ਅੱਗੇ ਨਜ਼ਰ ਆਉਂਦਾ ਸੀ ਆਉਣ 'ਚ? ਕਿਉਂ ਕਿਉਂ ਕਾਰਨ ਇਹ ਕਿ ਪਿੱਛੇ ਇੱਕੋ ਏਜੰਸੀ ਹੁਣ ਕੰਮ ਕਰ ਰਹੀ ਹੈ, ਅੱਛਾ ਜੀ, ਜਿਹੜੀ ਤਖ਼ਤ ਪਟਨਾ ਸਾਹਿਬ, ਤਖ਼ਤ ਹਜ਼ੂਰ ਸਾਹਿਬ, ਠੀਕ ਹੈ, ਅਤੇ ਪੰਜਾਬ ਦੇ ਤਖ਼ਤਾਂ ਦੇ। ਉਹ ਏਜੰਸੀ ਜਿਹੜੀ ਹੈ ਉਹ ਇੱਕ ਪਾਸੇ ਡਾਇਰੈਕਟ ਹੈ, ਇੱਕ ਪਾਸੇ ਇਨਡਾਇਰੈਕਟ ਦੀ ਹੈ। ਮਸਲਨ ਉੱਥੇ ਉਹ ਡਾਇਰੈਕਟ ਹੈ, ਇੱਧਰ ਸਾਡੇ ਬਾਜ਼ਰੀਆ ਸਿਆਸਤ ਦੇ ਭਾਈਵਾਲ ਹੈ। ਹਾਂਜੀ, ਮੈਂ ਦਬੀ ਜ਼ਬਾਨ ਵਾਲੀ ਗੱਲ ਕਹਿਣਾ। ਹੁਣ ਸਾਡੇ ਇੱਧਰ ਸਿਆਸਤ ਦੀ ਭਾਈਵਾਲ ਬਾਦਲ ਸਾਹਿਬ ਦੇ ਰਾਹੀਂ, ਇੱਥੇ ਵੀ ਪਿੱਛੇ ਬੀਜੇਪੀ ਕੰਮ ਕਰ ਰਹੀ, ਉਹਨਾਂ ਦੇ ਮਗਰ ਵੀ ਆਰ ਐਸ ਐਸ ਹੈ, ਇਹਨਾਂ ਦੇ ਮਗਰ ਵੀ ਆਰ ਐਸ ਐਸ। ਇਸ ਲਈ ਜਦੋਂ ਦੋਵਾਂ ਦੀ ਏਜੰਸੀ ਇੱਕ ਹੋ ਗਈ ਹੈ, ਪਲੇਟਫਾਰਮ ਇੱਕ ਹੋ ਗਿਆ, ਹੁਣ ਉਹ ਆ ਜਾਣ ਜਾਏ ਉੱਥੇ ਚਲੇ ਜਾਣ, ਇਹ ਉੱਥੇ ਜਾਂਦੇ ਨੇ ਤੇ ਇੱਥੋਂ ਦੀ ਮਰਿਆਦਾ ਛਿੱਕੇ ਟੰਗ ਕੇ ਜਾਂਦੇ ਨੇ, ਪਜਾਮੇ ਲਾਏ ਉੱਥੇ ਜਾ ਕੇ ਇਹਨਾਂ ਨੇ ਲਾਏ, ਬਿਲਕੁਲ ਇਹਨਾਂ ਨੇ ਮਰਿਆਦਾ ਨੇ ਦੱਸੀ, ਉੱਥੇ ਜਾ ਕੇ ਇਹਨਾਂ ਨੇ ਜਿਹੜਾ ਮੂਲ ਮੰਤਰ ਦੇ ਪਾਠ ਵੱਡੇ ਕੀਤੇ, ਇੱਥੋਂ ਦੀ ਮਰਿਆਦਾ ਨੇ ਦੱਸੀ, ਕਿਉਂਕਿ ਪਿੱਛੇ ਏਜੰਸੀ ਇੱਕੋ ਕੰਮ ਕਰ ਰਹੀ ਹੈ, ਇਸ ਲਈ ਹੁਣ ਇਹ ਉੱਥੇ ਜਾਂਦੇ ਨੇ ਤੇ ਉੱਥੋਂ ਦੀ ਮਰਿਆਦਾ ਨੂੰ ਉਸੇ ਤਰ੍ਹਾਂ ਬਚਿੱਤਰ ਨਾਟਕ ਨੂੰ ਮੱਥਾ ਵੀ ਟੇਕ ਆਉਂਦੇ ਨੇ, ਪਜਾਮੇ ਵੀ ਲਾ ਆਉਂਦੇ ਨੇ, ਸਭ ਕੁਝ ਅੱਖੀਂ ਸਮੇਂ ਉੱਥੋਂ ਦੀਆਂ ਘਰ ਆਉਂਦੇ ਨੇ। ਜਦੋਂ ਉਹ ਇੱਥੇ ਆਉਂਦੇ ਨੇ ਉਹ ਇਹਨਾਂ ਦੀਆਂ ਮੀਟਿੰਗਾਂ ਵਿੱਚ ਬੈਠ ਕੇ ਆਪਣੇ ਆਪ ਨੂੰ ਪੰਥ ਦੇ ਜਥੇਦਾਰ ਅਖਵਾ ਕੇ ਅਤੇ ਸਾਰੇ ਫੈਸਲਿਆਂ ਵਿੱਚ ਸ਼ਾਮਿਲ ਹੋ ਜਾਂਦੇ ਨੇ, ਕਿਉਂਕਿ ਪਿੱਛੋਂ ਏਜੰਸੀ ਇੱਕ ਕੰਮ ਕਰ ਰਹੀ। ਜਦੋਂ ਅਸੀਂ ਦੋ ਆਦਮੀ ਭਰਾ ਰੂਪ ਵਿੱਚ ਏਜੰਸੀ ਇੱਕੋ ਦੇ ਤਹਿਤ ਕੰਮ ਕਰ ਰਹੇ ਹੋਈਏ, ਅਸੀਂ ਇੱਕ ਦੂਜੇ 'ਤੇ ਐਕਸ਼ਨ ਕੀ ਲਵਾਂਗੇ? ਉਹਨਾਂ ਨੂੰ ਪਤਾ ਅੱਜ ਮੈਂ ਇਹਦੇ 'ਤੇ ਐਕਸ਼ਨ ਲਵਾਂਗਾ, ਕੱਲ੍ਹ ਨੂੰ ਮੇਰੇ 'ਤੇ ਲਵੇਗਾ। ਇਸ ਲਈ ਹੁਣ ਤਾਂ ਏਜੰਸੀ ਦੀ ਉਸ ਖਤਰਨਾਕ ਸੋਚ ਜਿਹਦੇ ਰਾਹੀਂ ਉਸ ਏਜੰਸੀ ਦੀ ਇਸ ਵੇਲੇ ਦੌੜ ਲੱਗੀ ਹੋਈ ਹੈ, ਕਿਸੇ ਤਰ੍ਹਾਂ ਸਿੱਖੀ ਵਿੱਚ ਆਪਸ ਵਿੱਚ ਟਕਰਾਓ ਪੈਦਾ ਕਰਕੇ ਖਾਨਾ ਜੰਗੀ ਪੈਦਾ ਕੀਤੀ ਜਾਏ। ਸਭ ਤੋਂ ਘਾਤਕ ਉਹਨਾਂ ਦਾ ਉਪਰਾਲਾ ਇਸ ਵੇਲੇ ਇਹ ਹੈ ਕੌਮ ਵਿੱਚ ਟਕਰਾਓ ਪੈਦਾ ਕਰਨਾ ਅਤੇ ਖਾਨਾ ਜੰਗੀ ਦੀ ਪੱਧਰ 'ਤੇ ਮੋੜ 'ਤੇ ਲਿਆ ਕੇ ਖੜਾ ਕਰਨਾ। ਅਤੇ ਇਹ ਸਭ ਤੋਂ ਵੀ ਜਿਵੇਂ ਆਪਣੇ ਪੰਜਾਬ ਦੀ ਕਹਾਵਤ ਹੈ ਵੀ ਔੜ ਮਾਰੀ ਖੇਤੀ ਤਾਂ ਹਰੀ ਹੋ ਜਾਂਦੀ ਹੈ, ਪਾਣੀ ਮਾਰੀ ਖੇਤੀ ਹਰੀ ਨਹੀਂ ਹੁੰਦੀ। ਉਹ ਚਾਹੁੰਦੇ ਨੇ ਕਿ ਕੋਈ ਇਹਨਾਂ ਨੂੰ ਮਾਰੇ, ਭਾਵੇਂ ਉਹ ਤੋਪਾਂ ਨਾਲ ਜਾਂ ਤਲਵਾਰਾਂ ਨਾਲ, ਮਰਦੇ ਨਹੀਂ ਤੇ ਮਰਦੇ ਨਹੀਂ, ਕਿਉਂ ਨਾ ਆਪਸ ਵਿੱਚ ਹੀ ਲੜ ਮਰਨ। ਅਸੀਂ ਤੇ ਅਸੀਂ ਫਿਰ ਧੋਤੇ ਪਾਸੇ ਦੇ ਪਾਸੇ ਰੀਬ ਲਓ, ਆਪਸ ਹੀ ਲੜ ਮਰਨ। ਹੁਣ ਉਹ ਆਪਸ ਵਿੱਚ ਲੜ ਮਰਨ ਲਈ ਇੱਕ ਉਪਰਾਲੇ ਕਰ ਦੇਣ ਤੇ ਉਹ ਸਵਾਲ ਕੀ ਕਰਦੇ ਖੜੇ ਐਸੇ ਜਿਹਦੇ ਨਾਲ ਸਿੱਖ ਦਾ ਸਿੱਖ ਨਾਲ ਟਕਰਾਓ ਹੋਵੇ, ਭਾਵੇਂ ਉਹ ਰਾਗਮਾਲਾ ਦਾ ਹੋਵੇ, ਭਾਵੇਂ ਬਚਿੱਤਰ ਨਾਟਕ ਦਾ ਹੋਵੇ, ਭਾਵੇਂ ਬਚਿੱਤਰ ਨਾਟਕ ਦਾ ਹੋਵੇ, ਉਹ ਕੋਸ਼ਿਸ਼ ਕਰਦੇ ਨੇ ਕਿ ਦੂਜੀ ਧਿਰ ਜਿਹਨੇ ਜਦ ਇਹਨਾਂ ਨੂੰ ਪਤਾ ਹੈ ਕਿ ਇੱਥੋਂ ਹਟਾਇਆ ਗਿਆ ਦਸਮ ਗ੍ਰੰਥ, ਤਾਂ ਕਲੀਅਰ ਕਰਨ ਕਿ ਉੱਥੇ ਦਸਮ ਗ੍ਰੰਥ ਦਾ ਪ੍ਰਕਾਸ਼ ਕਿਉਂ ਹੈ, ਬਿਲਕੁਲ ਪੰਜਾਬ ਵਿੱਚੋਂ ਹਟਾਇਆ ਗਿਆ। ਹਾਂਜੀ, ਜਦ ਇੱਥੇ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਦੂਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੂਜਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ, ਕਿਉਂ ਨਾ ਫੈਸਲਾ ਕਰਨ?
ਇਹ ਵੀ ਨਹੀਂ ਕਰਦੇ, ਇਹ ਉਹਨਾਂ ਨੂੰ ਛੋਟ ਦੇ ਹੀ ਰੱਖਦੇ ਨੇ ਕਿ ਤੁਸੀਂ ਆਪਣਾ ਕੰਮ ਕਰੋ, ਅਸੀਂ ਤੁਹਾਨੂੰ ਟਾਈਮ ਦਿੰਦੇ ਹਾਂ, ਸਾਥ ਦਿੰਦੇ ਹਾਂ, ਉਹ ਇਹਨਾਂ ਨੂੰ ਛੋਟ ਦੇ ਹੀ ਰੱਖਦੇ ਨੇ, ਨਾਲ ਕੋਈ ਨਾ ਕੋਈ ਕਰ ਦਿੰਦੇ ਨੇ ਉੱਧਰੋਂ ਐਲਾਨ, ਅਤੇ ਐਲਾਨ ਕਰਕੇ ਮੁੜ ਕੇ ਮੀਟਿੰਗਾਂ ਵਿੱਚ ਆ ਕੇ ਉਵੇਂ ਸਾਥ ਵੀ ਦੇਈ ਜਾਂਦੇ ਨੇ। ਇਹ ਉਹ ਮਿਲ ਕੇ ਇਹ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਫਰੈਂਡਲੀ ਗੇਮ ਖੇਡੀ ਜਾ ਰਹੀ ਹੈ, ਕਿਵੇਂ ਕੌਮ ਨੂੰ ਗੁੰਮਰਾਹ ਕਰਕੇ ਖਾਣਾ ਚੰਗੀ ਵਾਲੇ ਪਾਸੇ ਤੋਰਨ ਦੀ ਨਤੀਜਾ ਹੈ। ਆਮ ਸਧਾਰਨ ਸਿੱਖ ਇੱਕ ਦੂਜੇ ਦਾ ਦੁਸ਼ਮਣ ਬਣ ਰਿਹਾ, ਇੱਕ ਦੂਜੇ ਨਾਲ ਟਕਰਾਓ, ਭਾਵੇਂ ਉਹ ਮੇਰੇ 'ਤੇ ਹੋਏ ਵਾ ਜਾਂ ਕਿਸੇ ਹੋਰ 'ਤੇ ਹੋਵੇ, ਅਸੀਂ ਖਾਣਾ ਜੰਗੀ ਵੱਲ ਵੱਧ ਰਹੇ ਹਾਂ, ਟਕਰਾਓ ਵੱਧ ਰਿਹਾ। ਅੱਜ ਕਿਸੇ ਗੁਰਦੁਆਰਿਆਂ ਵਿੱਚ ਝਗੜੇ ਹੋਣਗੇ, ਕੱਲ੍ਹ ਨੂੰ ਸੜਕਾਂ 'ਤੇ ਵੀ ਹੋਣਗੇ, ਪਰਸੋਂ ਆਪਸ ਵਿੱਚ ਟਕਰਾਓ ਵੀ ਹੋਏਗਾ। ਤਾਂ ਮੇਰੇ ਕਹਿਣ ਦਾ ਮਤਲਬ, ਸਾਨੂੰ ਇਹ ਖਾਣਾ ਜੰਗੀ ਵਿਭਾਗ ਵਿੱਚ ਪਾ ਕੇ ਖਤਮ ਕਰਨ ਦਾ ਜ਼ਰੀਆ ਹੈ, ਜਿਹਦੇ ਬਹਾਨਾ ਕੋਈ ਵੀ ਹੋਵੇ। ਰਾਗਮਾਲਾ ਦਾ ਬਣ ਕੇ ਮੈਂ ਗੱਲ ਕਰਨਾ, ਉਹਨੇ ਆਖਿਆ ਬਿਲਕੁਲ, ਹਾਲਾਂਕਿ ਰਾਗਮਾਲਾ ਦਾ ਫੈਸਲਾ ਜਿਹੜਾ ਹੈ ਭਾਵੇਂ ਅਦਵਾਟੇ ਹੋਇਆ, ਪਰ ਕੌਮ ਨੂੰ ਟਕਰਾਓ ਤੋਂ ਬਚਾਉਣ ਵਾਸਤੇ ਸਿੱਖ ਰਹਿਤ ਮਰਿਆਦਾ ਵਿੱਚ ਕਰ ਦਿੱਤਾ ਗਿਆ। ਉਸ ਫੈਸਲੇ ਨੂੰ ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ ਵਿਦਵਾਨ ਬੈਠ ਕੇ ਉਸੇ ਤਰ੍ਹਾਂ ਕੋਈ ਉਸ ਫੈਸਲੇ ਨੂੰ ਹੋਰ ਕਲੀਅਰ ਕਰਨ, ਹਾਂਜੀ ਬਿਲਕੁਲ। ਪਰ ਇਹ ਕਹਿਣਾ ਕਿ ਰਾਗਮਾਲਾ ਜਿਹੜਾ ਨਹੀਂ ਪੜਦਾ ਉਹ ਸਿੱਖ ਨਹੀਂ, ਉਹਦੇ ਕੋਲੋਂ ਰਾਗਮਾਲਾ ਚੁੱਕ, ਉਹਦੇ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੁੱਕ ਲਿਆ, ਇਹ ਫੈਸਲੇ ਕਿਸੇ ਨੂੰ ਦੇਣ ਦਾ ਕੀ ਅਧਿਕਾਰ ਹੈ? ਇਹਦਾ ਮਤਲਬ ਕੇਵਲ ਟਕਰਾਓ, ਟਕਰਾਓ ਬਿਲਕੁਲ, ਉਹ ਕੌਮ ਵਿੱਚ ਟਕਰਾਓ ਪੈਦਾ ਕਰਨ ਦਾ ਇੱਕ ਜ਼ਰੀਆ। ਇਸੇ ਤਰ੍ਹਾਂ ਗੁਰਬਚਨ ਸਿੰਘ ਨੇ ਬਿਆਨ ਦਿੱਤਾ ਕਿ ਨਿਰਮਲੇ ਅਤੇ ਉਦਾਸੀ ਸਾਡੇ ਮੁੱਢਲੇ ਰੂਪ ਵਿੱਚ ਮੁੱਖ ਪ੍ਰਚਾਰਕ ਨੇ, ਸਭ ਤੋਂ ਸਤਿਕਾਰਯੋਗ ਨੇ। ਹਾਲਾਂਕਿ ਨਿਰਮਲੇ ਅਤੇ ਉਦਾਸੀ ਅਤੇ ਇਹ ਸਾਧ ਸੰਪਰਦਾਵਾਂ ਜਿਹੜੀਆਂ ਨੇ ਇਹ ਹੀ ਕੌਮ ਲਈ ਸਭ ਤੋਂ ਵੱਡੀਆਂ ਘਾਤਕ ਸਾਬਤ ਹੋਈਆਂ ਨੇ। ਜਿੰਨਾ ਕਰਮ ਕਾਂਡ ਅਤੇ ਜਿੰਨੀ ਮਨਮਤ ਅਸਥਾਨਾਂ 'ਤੇ, ਤਖਤਾਂ 'ਤੇ ਅਤੇ ਗੁਰਦੁਆਰਿਆਂ ਵਿੱਚ ਆਈ ਹੈ, ਉਹ ਸਾਰੀ ਨਿਰਮਲੇ ਉਦਾਸੀਆਂ ਦੇ ਰਾਹੀਂ ਆਈ ਹੈ। ਅੱਜ ਵੀ ਉਹੋ ਹੀ ਉਹਦਾ ਮੁਜਸਮਾ ਬਣੇ ਹੋਏ ਨੇ, ਪਰ ਸਾਡੇ ਜਥੇਦਾਰ ਇਹ ਕਹਿ ਰਹੇ ਨੇ। ਤਾਂ ਇਹ ਇੱਕ ਸਾਧਨ ਹੈ ਕੌਮ ਵਿੱਚ ਟਕਰਾਓ ਪੈਦਾ ਕਰਨ ਦਾ। ਮੇਰਾ ਲਾਸਟ ਕੁਐਸਚਨ ਤੁਹਾਡੇ ਗੜੀ ਇਹ ਹੈ, ਜੋ ਕਿ ਇੱਕ ਮੈਸੇਜ ਵੀ ਹੋ ਸਕਦਾ ਹੈ, ਅੱਜ ਜਿਸ ਪੋਜੀਸ਼ਨ 'ਤੇ, ਜਿਸ ਜਗ੍ਹਾ 'ਤੇ ਜਾਂ ਜਿਸ ਸਟੇਜ ਦੇ ਉੱਤੇ ਪੰਥ ਖੜ੍ਹਾ ਹੈ, ਕਿ ਤੁਹਾਨੂੰ ਕੋਈ ਲੱਗਦਾ ਹੈ ਵੀ ਇਹਦਾ ਕੋਈ ਹੱਲ ਜਾਂ ਇਹਦਾ ਕੋਈ ਵੀ ਸਲਿਊਸ਼ਨ ਨਿਕਲ ਸਕਦਾ ਹੈ? ਨਹੀਂ, ਕਦੇ ਵੀ ਕੋਈ ਮਸਲੇ ਐਸੇ ਨਹੀਂ ਹੋਏ ਜਿਹਦਾ ਸਲਿਊਸ਼ਨ ਨਾ ਨਿਕਲ ਸਕਦਾ ਹੋ। ਹਾਂਜੀ, ਦੁਨੀਆਂ ਅੰਦਰ ਝਗੜੇ ਵੀ ਹੁੰਦੇ ਨੇ, ਇਖਤਲਾਫ ਵੀ ਹੁੰਦੇ ਨੇ, ਵੱਡੀਆਂ ਵੱਡੀਆਂ ਜੰਗਾਂ ਹੁੰਦੀਆਂ ਨੇ, ਉਹਨਾਂ ਜੰਗਾਂ ਤੋਂ ਬਾਅਦ ਵੀ ਆਖਰ ਕੋਈ ਹੱਲ ਨਿਕਲਦਾ। ਸਿਰਫ ਨਿਕਲਦਾ ਉਦੋਂ ਹੈ ਜਦੋਂ ਸੁਹਿਰਦ ਹੋ ਕੇ ਕੱਢਣਾ ਹੋਵੇ, ਨਹੀਂ ਤੇ ਆਰਜ਼ੀ ਹੱਲ ਕੱਢ ਕੇ ਵੀ ਦੁਨੀਆਂ ਵੇਖਦੀ ਹੈ। ਕਸ਼ਮੀਰ ਦਾ ਮਸਲਾ ਕਦੋਂ ਦਾ, ਕਈ ਹੱਲ ਨਿਕਲੇ ਨੇ, ਸ਼ਿਮਲੇ ਦਾ ਮੁਆਹਦਾ ਹੋਇਆ, ਅਨੇਕਾਂ ਬਾਰੇ ਇਹਨਾਂ ਦੇ ਆਪਸ ਵਿੱਚ ਮੀਟਿੰਗਾਂ ਹੋਈਆਂ, ਉਹ ਮਸਲਾ ਉੱਥੇ ਦਾ ਉੱਥੇ ਖੜਾ। ਜਿੰਨੀ ਦੇਰ ਸੁਹਿਰਦਤਾ ਨਾ ਆਵੇ ਫੈਸਲਾ ਕਰਨ ਦੀ ਗੱਲ ਤੇ ਨਾ ਪਹੁੰਚੇ, ਉਹਨਾਂ ਉਨੀ ਦੇਰ ਕਦੀ ਵੀ ਮਸਲੇ ਦੇ ਹੱਲ ਨਹੀਂ ਨਿਕਲੇ। ਔਰ ਇਸ ਵੇਲੇ ਅਸੀਂ ਐਸੇ ਲੋਕਾਂ ਦੇ ਹੱਥਾਂ ਦਾ ਹਥਿਆਰ ਬਣੇ ਹੋਏ ਹਾਂ ਜਿਹੜੇ ਸਾਨੂੰ ਸੁਹਿਰਦਤਾ ਨਾਲ ਮਸਲੇ ਦੇ ਹੱਲ ਤੱਕ ਪਹੁੰਚਣ ਦੇਣ ਲਈ ਤਿਆਰ ਹੀ ਨਹੀਂ, ਉਹ ਸਾਡੇ ਟਕਰਾਓ ਵਿੱਚ ਹੀ ਆਪਣਾ ਜੀਵਨ ਸਮਝਦੇ ਨੇ। ਬਿਲਕੁਲ। ਸੋ ਧੰਨਵਾਦ ਕਰਦੇ ਹਾਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਦਾ ਇੱਕ ਵਾਰ ਫਿਰ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਕੁਝ ਵਕਤ ਸਾਨੂੰ ਦਿੱਤੇ ਤਾਂ ਕਿ ਪੰਥਕ ਮਸਲਿਆਂ ਉੱਤੇ, ਅੱਜ ਦੇ ਜੋ ਪੰਥ ਵਿੱਚ ਮਸਲੇ ਪਏ ਨੇ ਉਹਨਾਂ ਦੇ ਉੱਤੇ ਚਾਨਣਾ ਪਾਇਆ ਜਾ ਸਕੇ। ਸੋ ਧੰਨਵਾਦ ਕਰਦੇ ਹੋਏ ਇੱਕ ਵਾਰ ਦਾਸ ਦੁਬਾਰਾ ਫਤਿਹ ਸਾਂਝੀ ਕਰੇਗਾ ਜੀ। ਬੋਲਣਾ ਜੀ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।